ਜਨ ਸ਼ਕਤੀ ਪਾਰਟੀ, ਮੈਂ ਸੁਸ਼ੀਲ ਰਿੰਕੂ ਅਤੇ ਮੇਰੇ ਸਾਰੇ ਭਰਾ, ਸਾਰੇ ਸੱਜਣ, ਸਾਰੇ ਮਿੱਤਰ, ਅੱਜ ਅਸੀਂ ਗੈਸਪੁਰਾ ਦੇ ਫਲੈਟਾਂ 'ਚ ਗਏ ਜਿੱਥੇ ਮੇਰੇ ਭਰਾ ਮੇਰੀਆਂ ਭੈਣਾਂ ਰਹਿੰਦੇ ਨੇ 30-30 ਗਜ ਦੇ ਫਲੈਟਾਂ 'ਚ। ਉਹਨਾਂ ਦਾ 18,000, 20,000, 15,000 ਇੱਦਾਂ ਬਿੱਲ ਆ ਰਿਹਾ। ਉਹ ਰੋਟੀ ਖਾਣਗੇ ਜਾਂ ਬਿੱਲ ਭਰ। ਪਰਸੋਂ ਵੀ ਅਸੀਂ ਗਏ ਸੀ, ਪਰਸੋਂ ਵੀ ਅਸੀਂ ਦੱਸਿਆ ਸਾਰਾ ਕੁਝ ਉਹਨਾਂ ਕੋਲ, ਪੁੱਛਿਆ ਉਹਨਾਂ ਨੇ ਦੱਸਿਆ। ਕੱਲ੍ਹ ਫਿਰ ਮੈਂ ਟਾਈਮ ਲਿਆ ਐਕਸ਼ੀਅਨ ਸਾਹਿਬ ਕੋਲ। ਐਕਸ਼ੀਅਨ ਸਾਹਿਬ ਨੇ ਕਿਹਾ ਅਸੀਂ ਹੱਲ ਕਰ ਦਿਆਂਗੇ, ਤੁਸੀਂ ਕੱਲ੍ਹ ਆਓ। ਅੱਜ ਮੈਂ ਫਿਰ ਸਾਰੇ ਭਰਾਵਾਂ ਨੂੰ, ਸਾਰੀਆਂ ਭੈਣਾਂ ਨੂੰ, ਕਾਰਿਆਕਰਤਾ, ਮੇਰੇ ਲੋਕ ਜਨ ਸ਼ਕਤੀ ਪਾਰਟੀ ਦੇ ਕਾਰਿਆਕਰਤਾ ਸਤਪਾਲ ਅਰੋੜਾ ਜੀ, ਭਾਰਦਵਾਜ ਜੀ, ਅਮਨ ਜੀ, ਮੋਂਟੀ ਜੀ, ਪਿੰਕੀ ਜੀ, ਸਾਰੇ ਅਸੀਂ ਭਰਾ ਇਕੱਠੇ ਹੋ ਕੇ ਗਏ ਐਕਸ਼ੀਅਨ ਸਾਹਿਬ ਕੋਲ ਗੱਲ ਕੀਤੀ। ਉਹਨਾਂ ਨੇ ਦੇਖ ਕੇ ਬਿੱਲ ਅੱਗੋਂ ਬੱਲਾ ਚਾੜਤਾ, ਕਹਿੰਦੇ ਜੀ ਸਾਡੇ ਵਾਸਤਾ ਰੋਗ ਨਹੀਂ ਹੈ, ਇਹ ਸਰਕਾਰਾਂ ਕਰਨਗੀਆਂ। ਮੈਂ ਸਰਕਾਰਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ, ਜੇ ਸਾਡਾ ਬਿੱਲ ਮਾਫ ਨਾ ਕੀਤਾ ਗਿਆ, ਜੇ ਸਾਡੀ ਸੁਣਵਾਈ ਨਾ ਕੀਤੀ ਗਈ, ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ, ਸੜਕਾਂ ਤੇ ਬੈਠਾਂਗੇ, ਪੰਜਾਬ ਬੰਦ ਕਰਾਵਾਂਗੇ, ਲੁਧਿਆਣਾ ਵੀ ਬੰਦ ਕਰਾਵਾਂਗੇ। ਬਾਅਦ ਚ ਸਾਨੂੰ ਨਹੀਂ ਕਹਿਣਾ ਵੀ ਆਹ ਕੀ ਕੀਤਾ ਤੇ ਆਹ ਕੀ ਕਰ ਰਹੇ। ਮੈਂ ਇਹਨਾਂ ਦੇ ਨਾਲ ਖੜਾ, ਮੇਰੀ ਲੋਕ ਜਨ ਸ਼ਕਤੀ ਪਾਰਟੀ, ਮੇਰੇ ਸਾਰੇ ਭਰਾ, ਮੇਰੇ ਸਾਰੇ ਸੱਜਣ, ਮੇਰੇ ਸਾਰੇ ਮਿੱਤਰ, ਮੇਰੇ ਸਾਰੇ ਕਾਰਿਆਕਰਤਾ ਇਹਨਾਂ ਦੇ ਨਾਲ ਖੜੇ ਨੇ ਤੇ ਅੱਗੇ ਵੀ ਖੜੇ ਰਹਾਂਗੇ। ਇਹ ਬਿੱਲ ਮਾਫ਼ ਕਰਾ ਕੇ ਹੀ ਅਸੀਂ ਛੱਡਣਾ, ਏਦਾਂ ਨਹੀਂ ਉੱਠਣਾ ਜੇ ਅਸੀਂ ਧਰਨਾ ਪ੍ਰਦਰਸ਼ਨ ਤੇ ਬਹਿ ਗਏ। ਹੁਣ ਪਹਿਲੇ ਚੇਤਾਵਨੀ ਦਿੰਦੇ ਪਏ ਆ, ਇਹ ਸਾਡਾ ਕੰਮ ਕਰ ਦਿਓ, ਇਹ ਗਰੀਬਾਂ ਦਾ ਹੱਲ ਕਰ ਦਿਓ, ਇਹਨਾਂ ਦੇ ਬਿੱਲ ਮਾਫ਼ ਕਰ ਦਿਓ। ਜੈ ਹਿੰਦ।